ਜੀ ਸਤਿ ਸ਼੍ਰੀ ਅਕਾਲ ਸਵਾਗਤ ਸਾਰਿਆਂ ਨੂੰ ਇੱਕ ਵਾਰ ਤੁਹਾਡਾ ਦੁਬਾਰਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਜਿਹਦਾ ਨਾਮ ਹੈ ਪ੍ਰੀਤ ਬਾਣੀ ਯੈਸ ਗਾਇਸ ਤੁਸੀਂ ਸੋਚ ਰਹੇ ਹੋਗੇ ਕਿ ਪਹਿਲਾਂ ਇਹਨਾਂ ਨੇ ਬਹੁਤ ਸਾਰੀ ਵੀਡੀਓਜ਼ ਬੈਕ ਟੂ ਬੈਕ ਡੇਲੀ ਪਾਈਆਂ ਤੇ ਵਿੱਚ ਸਾਡਾ ਬ੍ਰੇਕ ਹੋ ਗਿਆ ਸੀ ਉਹਦਾ ਰੀਜ਼ਨ ਇਹ ਸੀਗਾ ਕਿ ਮੇਰਾ ਪੈਰ ਜੋ ਹੈ ਉਹ ਨੱਚਦੇ ਨੱਚਦੇ ਟੁੱਟ ਗਿਆ ਸੀ ਨੱਚਦੀ ਟੁੱਟ ਗਈ ਲੱਤ ਭਾਬੀ ਮੇਰੀ ਲੱਤ ਠੀਕ ਕਰ ਦੇ ਭੰਗੜਾ ਪਾਉਂਦੇ ਪਾਉਂਦੇ ਪੈਰ ਮੁੜ ਗਿਆ ਪੈਰ ਟਵਿਸਟ ਹੋ ਗਿਆ ਪੈਰ ਸੁੱਜ ਗਿਆ ਨਾ ਤੁਰਿਆ ਜਾਵੇ ਨਾ ਉੱਠਿਆ ਜਾਵੇ ਨਾ ਬੈਠਿਆ ਜਾਵੇ ਇਸ ਕਰਕੇ ਸਾਡਾ ਹੁਣ ਪੂਰੇ ਘਰ ਚ ਲੁੱਡੀਆਂ ਪਾਉਂਦੀ ਫਿਰਦੀ ਆ ਬਟ ਹੁਣ ਰਿਕਵਰ ਹੋ ਰਹੀ ਆ ਹੌਲੀ ਹੌਲੀ ਤੇ ਇਸ ਕਰਕੇ ਥੋੜੀ ਜਿਹੀ ਦੇਰੀ ਹੋ ਗਈ ਵੀਡੀਓ ਪਾਉਣ ਵਿੱਚ ਬਟ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਾਨੂੰ ਪਹਿਲੀ ਵਾਰੀ ਵੇਖ ਰਹੇ ਹੋ ਤਾਂ ਜਾ ਕੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਬਾਰੇ ਦੱਸਣਗੇ ਜੀ ਐ ਹਾਂਜੀ ਗਾਇਜ਼ ਅੱਜ ਆਪਾਂ ਕਾਮੇਡੀ ਨੂੰ ਹੀ ਲੈ ਕੇ ਇੱਕ ਆਪਾਂ ਨਵੇਂ ਮੁਕਾਮ ਤੇ ਚੱਲੇ ਹਾਂ ਜਿਹੜੀ ਪਾਕਿਸਤਾਨ ਦੀ ਕਾਮੇਡੀ ਕਹੀ ਜਾਂਦੀ ਹੈ ਸਭ ਤੋਂ ਬੈਸਟ ਹੈਗੀ ਹੈ ਵਰਲਡ ਬੈਸਟ ਹੈਗੀ ਉਹ ਕਿਉਂ ਹੈ ਉਹ ਹੈਗੀ ਹੈ ਪਾਕਿਸਤਾਨ ਦੇ ਸਟੇਜ ਡਰਾਮੇ ਕਰਕੇ ਤੇ ਪਾਕਿਸਤਾਨ ਦੇ ਸਟੇਜ ਡਰਾਮੇ ਜਿਹੜੇ ਪਾਕਿਸਤਾਨ ਦੇ ਸਟੇਜ ਡਰਾਮੇ ਜਿਹੜੇ ਹੈਗੇ ਨੇ ਉਹਨਾਂ ਦੇ ਜਿਹੜੇ ਸਾਡੇ ਉਸਤਾਦ ਜਿਹੜੇ ਸਾਡੇ ਲੈਜੈਂਡ ਨੇ ਆਪਣੇ ਲੈਜੈਂਡ ਸੋਹੇਲ ਅਹਿਮਦ ਸਾਹਿਬ ਤੇ ਸਾਡੇ ਆਪਣੇ ਸਭ ਦੇ ਪਸੰਦੀਦਾ ਅਮਾਨਤ ਚੰਦ ਸਾਹਿਬ ਦਾ ਇੱਕ ਡਰਾਮਾ ਮੈਂ ਲੱਭਿਆ ਬੜਾ ਔਖਾ ਲੱਭਿਆ ਕੁਆਲਿਟੀ ਲਈ ਮਾਜ਼ਰਤ ਹੈ ਗਾਇਸ ਕਿਉਂਕਿ ਥੋੜਾ ਪੁਰਾਣਾ ਵੀਡੀਓ ਹੈ ਕਾਫੀ ਪੁਰਾਣੇ ਡਰਾਮਾ ਡਰਾਮੇ ਦਾ ਰਾਜ ਕੈਚਅਪ ਤੇ ਵਿੱਚ ਇੱਕ 10-12 ਮਿੰਟ ਦੀ ਕਲਿੱਪ ਹੈਗੀ ਹੈ ਸੋਹੇਲ ਅਹਿਮਦ ਸਾਹਿਬ ਦੀ ਤੇ ਅਮਾਨਤ ਚੰਦ ਸਾਹਿਬ ਦੀ ਬਹੁਤ ਮਜ਼ੇਦਾਰ ਹੋਣ ਵਾਲੀ ਹੈ ਕੁਆਲਿਟੀ ਲਈ ਮਾਜ਼ਰਤ ਹੈ ਬਾਕੀ ਕਾਮੇਡੀ ਤੁਹਾਨੂੰ ਕੋਈ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਇੱਕ ਨੰਬਰ ਕਾਮੇਡੀ ਹੈ ਜੀ ਟਾਈਮ ਵੇਸਟ ਨਹੀਂ ਕਰਦੇ ਵੀਡੀਓ ਸਟਾਰਟ ਕਰਦੇ ਹਾਂ ਨਹੀਂ ਤੁਹਾਡਾ ਹੀ ਸਮਝ ਗਿਆ ਨਹੀਂ ਨਾ ਨਹੀਂ ਬੁਰੀ ਗੱਲ ਹੈ ਤੁਸੀਂ ਹਿੱਸਾ ਲੈ ਲੈਣਾ ਹੋਏ ਲਾ ਅਸੀਂ ਤਾਂ ਕੁਝ ਕਹਿ ਵੀ ਨਹੀਂ ਸਕਦੇ ਤੁਸੀਂ ਮੈਂ ਹੈ ਕੌਣ ਹੈ ਤੂੰ ਓਏ ਇਹ ਜਨਾਬ ਤੁਸੀਂ ਕਿਹੜੇ ਜਵਾਨ ਦਾ ਕਰ ਰਹੇ ਹੋ ਆਹੋ ਇਹ ਦਰਵਾਜ਼ੇ 'ਚ ਡੱਬਾ ਬੜਾ ਫਸ ਕੇ ਲੰਘਿਆ ਤੁਹਾਡਾ ਮੂੰਹ ਕਿਵੇਂ ਲੱਗਦਾ ਸੁਹੇਲ ਮਤਸਾ ਕਿੰਨੇ ਜਵਾਨ ਜਵਾਨ ਲੱਗ ਰਹੇ ਨੇ ਸਾਰੇ ਚ ਜਨਾਬ ਸ਼ੀਸ਼ਾ ਠੀਕ ਹੈ ਅੱਜ ਟੂਟੀ ਚੋਂ ਤਜ਼ਾਬ ਨਹੀਂ ਜੀ ਆਉਣ ਦੇ ਤਕਰੀਬਨ ਭਾਬੀ ਚੜ ਕੇ ਦਿਖਾਊਗਾ ਹੁਕਮ ਜੀ ਹਾਂਜੀ
ਮੈਂ ਚੌਥੀ ਪੜ੍ਹਨ ਤੱਕ ਚਾਹੀ ਆਹੋ ਮਿਲਾ ਸਕੂਲ ਹੈ
ਕਾਪੀ ਤੇ ਆਹ ਮਾਸਟਰ ਸਾਹਿਬ ਕਲਾਸ ਹੈ ਜੀ ਬਾ ਸਾਹਿਬ ਜੀ ਬਾ ਸਾਹਿਬ ਆ ਕੇ ਤੇਰਾ ਮੂੰਹ ਵੇਚ ਕੇ ਕਹਿੰਦੇ ਉਹ ਤੂੰ ਚੌਥੀ 'ਚ ਬੈਠਾ ਓਏ ਕਹਿਣ ਲੱਗੇ ਤੂੰ ਮਿਲਾ ਕਾ ਉਹ ਜਿਹੜਾ ਤੇਰਾ ਮੂੰਹ ਤੇਰੇ ਤੇ ਆਪੇ ਜਣਾ ਚਾਹੀਦਾ ਛੋਟੀ ਨਿੱਕੀ ਤੇ ਉਹਨਾਂ ਭਰਾ ਫੋਟੋ ਲਵਾ ਗਿਆ ਸੀ ਹਾਂ ਇਕੱਠੀ ਫੋਟੋ ਲਵਾਈ ਸੀ ਕੱਪੜੇ ਵੀ ਕੋਈ ਸਵਾਇਆ ਫੋਟੋ ਸਾਡੀ ਬੜੀ ਵਧੀਆ ਆਈ ਸੀ ਲੇਕਿਨ ਤੇਰਾ ਅੱਧਾ ਮੂੰਹ ਨਹੀਂ ਸੀ ਆ ਮੇਰਾ ਸਾਰਾ ਮੂੰਹ ਆ ਗਿਆ ਸੀ ਮਗਰ ਕੈਮਰਾ ਸੜ ਗਿਆ ਸੀ ਓ ਯਾਰ ਦੁਕਾਨਦਾਰ ਨੇ ਤੇਰਾ ਹੱਥ ਲਿਆ ਸੀ ਸੀਨੇ ਨਾਲ ਲੱਗਿਆ ਤੇ ਸੀਨਾ ਸੜ ਗਈ ਤੈਨੂੰ ਤਾਂ ਪਤਾ ਉੱਥੇ ਦੁਬਈ ਚ ਮੈਂ ਤਪਦੀ ਗਰਮੀ ਚ 10 ਸਾਲ ਲੋਹਾ ਗਾਲਣ ਵਾਲੀ ਪੱਟੀ ਤੇ ਕੰਮ ਕੀਤਾ ਤੇ ਲੋਹਾ ਪੱਟੀ ਚ ਗਾਲਦਾ ਸੀ ਜਾਂ ਮੂੰਹ ਚ ਗਾਲਦਾ ਸੀ ਤੈਨੂੰ ਗੱਲਾਂ ਆਉਂਦੀ ਨਾ ਆਪਣੇ ਮੁਲਕ ਖਲੋਗੇ ਪ੍ਰਦੇਸ਼ ਜਾ ਕੇ ਕੰਮ ਕਰੇ ਤੈਨੂੰ ਪਤਾ ਲੱਗੇ ਕੰਮ ਕਿਸ ਤਰ੍ਹਾਂ ਹੁੰਦਾ ਸੀ ਅੱਛਾ ਜੀ ਹਾਂ ਪੈਸੇ ਇਕੱਠੇ ਕੀਤੇ ਨੀ ਪੈਸੇ ਯਾਰ ਜੋ ਬਚੇ ਸਨ ਬਿਮਾਰੀਆਂ ਤੇ ਲੱਗ ਗਿਆ ਬੜਾ ਸਖਤ ਬਿਮਾਰ ਹੋ ਗਿਆ ਸਾ ਵਾਕਈ ਤਦੇ ਨੌਕਰੀ ਛੱਡ ਕੇ ਆਇਆ ਬਿਮਾਰ ਬੜਾ ਮੈਂ ਹਾਂ ਚੱਲ ਫਿਕਰ ਨਾ ਕਰ ਮੈਂ ਤੇਰਾ ਇਲਾਜ ਕਰਾਵਾਂਗਾ ਕਿ ਮਿਸਤਰੀ ਮੇਰਾ ਵਾਕਫ ਹੈ ਘਰ ਕਿਵੇਂ ਲੱਭਾਈ ਹੋਈ ਸਭ ਤੂੰ ਨਹੀਂ ਬਦਲਿਆ ਉਹ ਘਰ ਵੀ ਨਹੀਂ ਮਿਲਿਆ ਹੀ ਉਹ ਛਾਤਾ ਬਾਂਦਰੀ ਛਾਤਾ ਬਾਂਦਰੀ ਮਿਲਿਆ ਛਾਤਾ ਬਾਂਦਰੀ ਮਿਲਿਆ ਬਹੁਤ ਸਾਨ ਮਿਲਿਆ ਹੀ ਉਹਨਾਂ ਨੂੰ ਦੱਸਿਆ ਉਹਨਾਂ ਕਿਹਾ ਜਮਸ਼ੇਦ ਨੇ ਵਿਆਹ ਕਰ ਲਿਆ ਤੇ ਇੱਥੇ ਰਹਿੰਦਾ ਤੇ ਪੁਰਾਣਾ ਵਾਲਾ ਛੱਡਦਾ ਉਹਨੇ ਆਹੋ ਤੁਹਾਨੂੰ 2 ਸਾਲ ਹੋ ਗਏ ਆ ਗਏ ਅੱਛਾ ਤੂੰ ਸੁਣਾ ਵਿਆਹ ਕੀਤਾ ਹੀ ਬਸ ਯਾਰ ਮੇਰਾ ਵਿਆਹ ਹੋਣ ਲੱਗਾ ਸੀ ਜਦੋਂ ਮੇਰੇ ਤੇ ਗੱਲ ਚੱਲ ਰਹੀ ਸੀ ਅੱਛਾ ਗੱਲ ਮੁੱਕਣੀ ਲੱਗੀ ਏ ਉੱਤੋਂ ਬੱਤੀ ਆ ਗਈ ਉੱਤੋਂ ਬੱਤੀ ਆ ਗਈ ਬੜੀ ਗੱਲ ਮੁੱਕਣ ਲੱਗੀ ਸੀ ਅੱਛਾ ਬੱਤੀ ਆਈ ਉਹਦਾ ਲਾਲਾ ਵੇਖਿਆ ਉੱਤੇ ਇੱਡਾ ਚੱਲ ਗਈ ਇੱਡਾ ਚੱਲ ਗਈ ਆਵਾਜ਼ ਲਗਾ ਰਿਹਾ ਅੱਛਾ ਮੈਂ ਤੇਰੇ ਵਾਸਤੇ ਨਾਸ਼ਤਾ ਲੈ ਕੇ ਆਉਂਦਾ ਘਬਰਾਈਂਦਾ ਤੇਰਾ ਆਪਣਾ ਘਰ ਹੈ ਜਿੱਥੇ ਮਰਜ਼ੀ ਟੁਰ ਫਿਰ ਘਬਰਾਣਾ ਕਿਉਂ ਮੇਰੀ ਜਾਨ ਹੁਣ ਤੇ ਆਪਣੇ ਮੁਲਕ ਚ ਆਵੇ ਹੁਣ ਕੋ ਘਬਰਾ ਪਾਕਿਸਤਾਨ ਦੀ ਜਿਹੜੀ ਸਟੇਜ ਡਰਾਮੇ ਦੀ ਖੂਬਸੂਰਤੀ ਹੈ ਉਹ ਇਹ ਟਾਈਮ ਦੀ ਸੀਗੀ ਜਦੋਂ ਸੋਹੇਲ ਅਹਿਮਦ ਸਾਹਿਬ ਹੁੰਦੇ ਸੀਗੇ ਮਾਨਾ ਚੰਦ ਸਾਹਿਬ ਹੈ ਨਾ ਇਫਤਿਕਾਰ ਠਾਕੁਰ ਸਾਹਿਬ ਬੜੇ ਸਾਰੇ ਇੱਕ ਤੋਂ ਇੱਕ ਕਾਮੇਡੀਅਨ ਸੀਗੇ ਸਾਫ਼ ਸੁਥਰਾ ਡਰਾਮਾ ਹੁੰਦਾ ਸੀਗਾ ਸਾਫ਼ ਸੁਥਰੀ ਕਾਮੇਡੀ ਹੁੰਦੀ ਸੀਗੀ ਜਿਹੜੀ ਅੱਜ ਕੱਲ੍ਹ ਨਹੀਂ ਹੋ ਪਾ ਰਹੀ ਹੈ ਨਾ ਉਹ ਥੋੜ੍ਹਾ ਵਿੱਚ ਵਲਗੈਰਿਟੀ ਆ ਗਈ ਹੈ ਡਬਲ ਮੀਨਿੰਗ ਚੀਜ਼ਾਂ ਆ ਗਈਆਂ ਨੇ ਬਟ ਜਿਹੜਾ ਰੀਅਲ ਸਟੇਜ ਡਰਾਮਾ ਸੀਗਾ ਉਹ ਇਹ ਵਾਲਾ ਸੀਗਾ ਜਦੋਂ ਸਾਫ਼ ਸੁਥਰਾ ਸਾਰੀ ਫੈਮਿਲੀ ਬੈਠ ਕੇ ਆਪਣਾ ਡਰਾਮੇ ਥੀਏਟਰਾਂ ਦੇ ਵਿੱਚ ਦੇਖਦੀਆਂ ਸੀਗੀਆਂ ਅਤੇ ਇੰਜੋਏ ਕਰਦੀ ਸੀਗੀ ਬਟ ਲੈਜੈਂਡ ਯਾਰ ਇਹਨਾਂ ਨੇ ਇੱਕ ਮਿਆਰ ਸੈੱਟ ਕੀਤਾ ਸੀਗਾ ਕਿ ਕਾਮੇਡੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਫੈਮਿਲੀ ਦੇ ਵਿੱਚ ਬਹਿ ਕੇ ਕਿੱਦਾਂ ਦੀ ਗੱਲ ਹੋਣੀ ਚਾਹੀਦੀ ਹੈ ਕਿ ਆਪਣਾ ਇੱਕ ਕਾਮੇਡੀ ਚੱਲੇ ਅਤੇ ਪੂਰਾ ਪਰਿਵਾਰ ਬੈਠ ਕੇ ਨਾਲ ਦੇਖੇ ਉਸ ਚੀਜ਼ ਨੂੰ ਹੈ ਨਾ ਕਿ ਇੱਦਾਂ ਨਾ ਹੋਵੇ ਕਿ ਜੀ ਬਈ ਕੋਈ ਸ਼ਰਮਾ ਰਿਹਾ ਵਿੱਚ ਹੈ ਨਾ ਕੋਈ ਉੱਠ ਕੇ ਚਲਾ ਗਿਆ ਤਾਂ ਕੋਈ ਆਪਸ 'ਚ ਕੰਫਰਟੇਬਲ ਨਹੀਂ ਹੈਗੇ ਬੈਠੋ ਧੀਆਂ ਤੋਂ ਲੈ ਕੇ ਆਪਣੀ ਮਾਵਾਂ ਤੱਕ ਸਾਰੇ ਇਕੱਠੇ ਬੈਠ ਕੇ ਦੇਖਣੇ ਚਾਹੀਦੇ ਇੱਦਾਂ ਦੀ ਕਾਮੇਡੀ ਹੋਣੀ ਚਾਹੀਦੀ ਹੈ ਅਤੇ ਇਹੀ ਕਾਮੇਡੀ ਪਹਿਲਾਂ ਹੁੰਦੀ ਸੀਗੀ ਵੈਸੇ ਬਹੁਤ ਵਧੀਆ ਨਾਈਸ ਮਜ਼ਾ ਆਇਆ ਜੀ ਡਰਾਮਾ ਦੇਖ ਕੇ ਸਾਨੂੰ ਮੈਂ ਤਾਂ ਬਹੁਤ ਵੱਡਾ ਫੈਨ ਹਾਂ ਡਰਾਮੇ ਦਾ ਜੀ ਮੈਂ ਪਰਸਨਲੀ
ਬਹੁਤ ਵੱਡਾ ਫੈਨ ਆ ਡਰਾਮਿਆਂ ਦਾ ਤੇ ਮੈਂ ਤਾਂ ਥਰਲੀ ਇੰਜੋਏ ਕੀਤਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਮੈਂ ਵੀ ਥਰਲੀ ਇੰਜੋਏ ਕੀਤਾ, ਟੁੱਟੀ ਹੋਈ ਲੱਤ ਨਾਲ ਹੀ ਸਹੀ ਪਰ ਇੰਜੋਏ ਜ਼ਰੂਰ ਕੀਤਾ। ਮਤਲਬ ਉਹਨਾਂ ਦੇ ਹਾਸਿਆਂ ਵਿੱਚ ਹਾਸੀ ਆ ਰਹੀ ਸੀ, ਮਤਲਬ ਇੰਨਾ ਉਹਨਾਂ ਨੇ ਫਨੀ ਐਟਮੋਸਫੇਅਰ ਕਰਤਾ ਸੀਗਾ ਤੇ ਲਾਸਟ ਦੇ ਪੰਚ ਜਿਹੜੇ ਸੀਗੇ ਉਹ ਬੈਕ ਟੂ ਬੈਕ ਜਿਹੜੇ ਸੀਗੇ ਉਹ ਵਧੀਆ ਸੀ। ਬਟ ਓਵਰਆਲ ਮੈਂ ਵੀ ਬਹੁਤ ਇੰਜੋਏ ਕੀਤਾ ਤੇ ਉਮੀਦ ਕਰਦੇ ਆ ਗਾਇਸ ਕਿ ਜਿੱਦਾਂ ਕਿ ਅਸੀਂ ਇੰਜੋਏ ਕੀਤਾ ਉਦਾਂ ਹੀ ਤੁਸੀਂ ਵੀ ਕਰੋਗੇ। ਉਹਨਾਂ ਨੇ ਸਕੂਲ ਕਾਲਜ ਟਾਈਮ ਦੀ ਯਾਦ ਦਿਲਾਤੀ ਨੂੰ, ਯਾਰ ਉਦਾਂ ਕਰਦਾ ਹੁੰਦਾ ਸਾ, ਤੂੰ ਉਦਾਂ ਕਰਦਾ ਹੁੰਦਾ ਸਾ, ਇਦਾਂ ਹੀ ਅਸੀਂ ਗੱਲਾਂ ਕਰਦੇ ਹੁੰਦੇ। ਹੁਣ ਸਾਡੀ ਗੱਲਾਂ ਇੱਦਾਂ ਦੀਆਂ ਨਹੀਂ ਹੁੰਦੀਆਂ ਬਟ ਹੁੰਦੀਆਂ ਸਾਡੀਆਂ ਵੀ ਇਨਵਲ ਸਾਰੀਆਂ। ਤੇ ਬਾਕੀ ਗਾਇਸ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਪਲੀਜ਼ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਤੇ ਬਾਕੀ ਹੋਰ ਵੀਡੀਓਜ਼ ਨੂੰ ਵੀ ਦੇਖੋ ਤੇ ਲਾਈਕ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਪਲੀਜ਼ 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 ਆਪਣਾ ਪਿਆਰ ਇੱਦਾਂ ਹੀ ਬਰਕਰਾਰ ਰੱਖਿਓ ਤੇ ਉਮੀਦ ਕਰਦੇ ਹਾਂ ਕਿ ਅਗਲੀ ਵੀਡੀਓ ਜਿਹੜੀ ਲੈ ਕੇ ਆਵਾਂਗੇ ਉਹ ਵੀ ਤੁਹਾਨੂੰ ਪਸੰਦ ਆਏਗੀ। ਤੇ ਅੱਜ ਦੀ ਵੀਡੀਓ ਕਰਦੇ ਹਾਂ ਇਸੇ ਦੇ ਨਾਲ ਖਤਮ, ਲੈ ਕੇ ਆਉਂਦੇ ਹਾਂ ਅਗਲੀ ਵੀਡੀਓ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਖੁਦਾ ਹਾਫਿਜ਼।